ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ, ਗਰੰਟੀਆਂ ਦਿੱਤੀਆਂ, ਉਹਦੇ ਵਿੱਚ ਸਾਰੀ ਸੀ ਵੀ ਅਸੀਂ ਆਉਂਦੇ ਹੀ ਜਿਹੜੀ ਆ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ, ਤੁਹਾਡੇ DA ਦੀਆਂ ਕਿਸ਼ਤਾਂ ਦੇ ਦਾਂਗੇ, DA ਦੇ ਦਾਂਗੇ, ਹੋਰ ਜਿਹੜੇ ਵੀ ਤੁਹਾਡੇ ਜਿਹੜੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰ ਦਾਂਗੇ। ਲੇਕਿਨ ਹੋਇਆ ਕੀ ਆ, ਉਸ ਉਪਰੰਤ 1.5 ਸਾਲ ਬੀਤ ਗਿਆ, ਅਸੀਂ ਬੋਲੇ ਨੀ, ਫੀਲਡ ਦੇ ਵਿੱਚ ਹੜਤਾਲਾਂ ਹੋ ਗਈਆਂ, ਉਹਨਾਂ ਨੂੰ ਬੁਲਾ ਨਹੀਂ ਰਹੇ, DC ਦਫ਼ਤਰ ਬੰਦ ਪਏ ਆ, 26 ਦਿਨਾਂ ਤੋਂ ਹੜਤਾਲ ਚੱਲ ਰਹੀ ਆ, ਲੋਕ ਟੈਂਕੀਆਂ ਤੇ ਚੜੇ ਆ। ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਜਾ ਕੇ ਕਹਿੰਦੇ ਸਾਡੀ ਭੈਣ ਆ, ਉਹਨਾਂ ਨੂੰ ਭੈਣ ਮੰਨਣ ਨੂੰ ਤਿਆਰ ਨਹੀਂ ਗਏ। ਸੋ ਇਹੋ ਜਿਹੀ ਗੱਲਬਾਤ, ਇਹੋ ਜਿਹਾ ਸਰਕਾਰ ਆਈ ਆ ਕਿ ਹੁਣ ਉੱਠ ਕੇ ਜਿਹੜੀ ਸਾਡਾ ਪੰਜਾਬ ਸਿਵਲ ਸੈਕਟਰੀਏਟ ਆ ਉਹਦੀ ਜਿਹੜੀ ਆ ਸਾਂਝੀ ਸਾਰੇ ਦੀ ਜਥੇਬੰਦੀ ਆ, ਜੁਆਇੰਟ ਐਕਸ਼ਨ ਕਮੇਟੀ, ਉਹਨੇ ਬਹੁਤ ਵੱਡੇ ਪੱਧਰ ਤੇ ਐਕਸ਼ਨ ਸ਼ੁਰੂ ਕਰਤੇ ਆ। ਹੁਣ ਸਾਡੀ ਇਹ ਚੋਣਾਂ ਦੀ ਮੁਹਿੰਮ ਚੱਲੀ ਹੋਈ ਆ, ਇਹ ਚੋਣਾਂ ਨੂੰ ਅਸੀਂ ਪੰਜਾਬ ਪੱਧਰ ਤੇ, ਜਿਵੇਂ ਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਯੂਨੀਅਨ ਦੀ ਇਲੈਕਸ਼ਨ ਹੁੰਦੀ ਉਸ ਪੱਧਰ ਤੇ ਲੜ ਰਹੇ ਹਾਂ, ਸਾਰੇ ਸੈਕਟਰੀਏਟ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਨ ਲਈ ਔਰ ਲੜਾਈ ਲਈ ਉਤਸ਼ਾਹਿਤ ਕਰ ਲਈ ਅਸੀਂ ਪੋਸਟਰ ਬੈਨਰ ਬਹੁਤ ਵੱਡੀ ਪੱਧਰ ਤੇ ਆਪਣੀ ਕਲੈਕਸ਼ਨ ਇਕੱਠੀ ਕਰਕੇ ਲਾਏ ਆ। ਉਹ ਨਿਰੰਤਰ ਚੱਲੇਗੀ, ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ, ਨਾ ਅਸੀਂ ਝੁਕਿਆ ਨਾ ਝੁਕਣਾ। ਤੇ ਜੇ ਅਸੀਂ ਪੌਜ ਤੇ ਗਏ ਸੀਗੇ, ਉਹ ਸਾਡੇ ਕੁਛ ਵਿਰੋਧੀ ਵੱਲੋਂ ਇਹ ਕਿਹਾ ਸੀ ਵੀ ਇਹ ਜਿਹੜੀ ਇਹਦੀ ਵੈਲਿਡਿਟੀ ਖਤਮ ਹੋ ਗਈ ਹੈ, ਇਹਦਾ ਟਾਈਮ ਖਤਮ ਹੋ ਗਿਆ, ਕੰਮ ਨਹੀਂ ਕਰ ਸਕਦੇ, ਅਸੀਂ ਬੈਕ ਫੁੱਟ ਤੇ ਚਲੇ ਗਏ ਸੀਗੇ। ਹੁਣ ਇਲੈਕਸ਼ਨ ਡਿਊ ਆ, 7 ਤਰੀਕ ਨੂੰ ਰਿਜ਼ਲਟ ਆ, ਜੋ ਜਨਤਾ ਜਨਾਰਦਨ ਰਿਜ਼ਲਟ ਦੇਗੀ ਉਹ ਸਿਰ ਮੱਥੇ ਪ੍ਰਵਾਨ ਆ। ਜੇਕਰ ਸਾਨੂੰ ਲੈਂਡ ਸਲਾਈਡ ਵਿਕਟਰੀ ਮਿਲਦੀ ਆ, ਤੇ ਜਿਹੜਾ ਪਿਛਲੇ ਦਿਨੀ ਆਪਾਂ ਐਕਸ਼ਨ ਕੀਤਾ ਸੈਕਟਰੀਏਟ ਦੇ ਵਿੱਚ, ਉਸ ਤੋਂ ਕਈ ਗੁਣਾ ਵੱਧ ਐਕਸ਼ਨ ਹੋਣੇ ਆ।